ਕਹਿੰਦਾ ਕਿ ਈਦ ਪੜਨ ਦਾ ਟਾਈਮ ਬੜਾ ਔਖਾ ਮਿਲਦਾ ਜ਼ਿਮੀਦਾਰਾਂ ਨੇ ਇੰਜੋਏ ਕੀ ਕਰਨਾ ਆ ਜੀਂਦਿਆਂ ਜੀ ਤੇ ਲੱਗਦਾ ਨਹੀਂ ਵੇਲ ਮਿਲੇਗਾ ਉਦੋਂ ਭਵੇਂ ਮਿਲ ਜਾਵੇ ਜਦੋਂ ਮਰਨਾ ਗੱਲਾਂ ਸਾਫ਼ ਤੇ ਸਿੱਧੀਆਂ ਕਰਦੇ ਆ ਸਾਡੇ ਕੋਲੋਂ ਗੱਲ ਪੁੱਠੀ ਨਹੀਂ ਹੁੰਦੀ ਹਰ ਅਦਾਰੇ ਨੂੰ ਛੁੱਟੀ ਹੋ ਜਾਂਦੀ ਆ ਜ਼ਿਮੀਦਾਰਾਂ ਨੂੰ ਈਦ ਵਾਲੇ ਦਿਨ ਵੀ ਛੁੱਟੀ ਨਹੀਂ ਹੁੰਦੀ ਤੇ ਭਾਈ ਆ 11 ਵਜੇ ਦਾ ਪਾਣੀ ਬੰਨਿਆ ਹੋਇਆ ਵਾ ਤੁਸੀਂ ਹਾਲਤ ਚੈੱਕ ਕਰੋ ਸਾਡੀ ਕੀ ਆ ਦੁਨੀਆਂ ਇੰਜਵਾਏ ਕਰ ਰਹੀ ਕੋ ਤਿੱਕੇ ਬਣਾ ਰਿਹਾ ਕੋ ਕਬਾਬ ਬਣਾ ਰਿਹਾ ਵਾ ਅਸੀਂ ਇੱਥੇ ਸਵੇਰ ਦੇ ਪਾਣੀ ਲਾ ਰਹੇ ਆ ਜ਼ਿਮੀਦਾਰਾਂ ਦੀ ਇੰਨੀ ਕੁ ਲਾਈਫ ਆ ਹਾਂਜੀ ਹੁਣ ਤੁਸੀਂ ਵੀ ਈਦ ਸਾਡੇ ਨਾਲ ਗਜ਼ਾਰੋ ਨਾ ਵੀਡੀਓ ਮੁਕੰਮਲ ਵੇਖਿਓ ਅਸੀਂ ਤੇ ਖਾਪ ਰਹੇ ਤੁਸੀਂ ਵੀ ਕੋਈ ਸਾਡੇ ਨਾਲ ਰਵੋ ਪਾਣੀ ਦੇ ਸਿਰ ਤੇ ਨਾ ਰਹੀਏ ਤੇ ਪਾਣੀ ਨਹੀਂ ਲੱਗਦਾ ਅਜ਼ਾਨ ਹੋ ਰਹੀ ਆ ਅਜ਼ਾਨ ਸੁਣ ਲਈਏ ਫਿਰ ਤੁਹਾਨੂੰ ਪੋਇਟਰੀ ਵੀ ਸੁਣਾਉਂਦੇ ਹਾਂ ਇੱਕ ਹਾਂਜੀ ਤੁਹਾਨੂੰ ਕਿਹਾ ਸੀ ਅਜ਼ਾਨ ਹੋ ਲਵੇ ਇੱਕ ਪੋਇਟਰੀ ਸੁਣਾਉਂਦੇ ਹਾਂ ਸਾਡੀਆਂ ਪੋਇਟਰੀਆਂ ਝਟਕੀਆਂ ਜ਼ਿਮੀਦਾਰਾਂ ਵਾਲੀਆਂ ਕਹਿੰਦਾ ਕਿ ਇੱਕ ਇੱਕ ਪਾਣੀ ਲੱਗਦਾ 40-40 ਹਜ਼ਾਰ ਦਾ ਤਾਂ ਜਾ ਕੇ ਹੁੰਦੀ ਏ ਫਸਲ ਕਾਲੀ ਆ ਰੇਟ ਨਾ ਲੱਗੇ ਤੇ ਕਾਲਜਾ ਪਾੜਦਾ ਪੁੱਤ ਨਾਲੋਂ ਵੱਧ ਹੁੰਦੀ ਕਿਸਾਨ ਨੇ ਫਸਲ ਪਾਲੀ ਆ ਸ਼ਹਿਰਾਂ ਵਾਲਿਆਂ ਨੂੰ ਤੇ ਮਾਣ ਹੋਏਗਾ ਤਨਖਾਹ ਆ ਜਾਣੀ ਆ ਆ ਜ਼ਿਮੀਦਾਰ ਦੀ ਹੁੰਦੀ ਏ ਰੱਬ ਨਾ ਭਾਈ ਵਾਲੀ ਇਹ ਸਾਡੀ ਰੱਬ ਨਾ ਭਾਈ ਵਾਲੀ ਹੁੰਦੀ ਆ ਜੇ ਤੇ ਫਸਲ ਚੰਗੀ ਲੱਗ ਜਾਵੇ ਤੇ ਖੁਸ਼ੀਆਂ ਹੀ ਖੁਸ਼ੀਆਂ ਮੰਦੀ ਲੱਗ ਜਾਵੇ ਤੇ ਫਿਰ ਗਮ ਦੇ 6 ਮਹੀਨੇ ਲੰਘ ਜਾਂਦੇ ਆ ਆਜੋ ਜੀ ਪਿੱਛੇ ਚੱਲਦੇ ਆ ਕਿੱਦਾਂ ਲੱਗੀ ਸਾਡੀ ਵੀਡੀਓ ਫਿਰ ਅੱਜ ਦਾ ਦਿਨ ਈਦ ਦਾ ਸਾਡੇ ਨਾਲ ਗੁਜ਼ਾਰ ਕੇ ਚੰਗਾ ਲੱਗਾ ਈਦ ਮੁਬਾਰਕ ਮੈਨੂੰ ਲਾਜ਼ਮੀ ਕਿਹੋ ਤੇ ਬੜੀ ਮਿਹਰਬਾਨੀ ਜਿਨ੍ਹਾਂ ਭਾਈਆਂ ਨੇ ਸਾਡੀ ਵੀਡੀਓ ਮੁਕੰਮਲ ਵਾਚ ਕੀਤੀ ਆ ਅੱਲਾ ਪਾਕ ਸਿਹਤ ਤੰਦਰੁਸਤੀ ਦੇਵੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਲਾਜ਼ਮੀ ਸਬਸਕ੍ਰਾਈਬ ਕਰ ਲਿਓ ਇੱਦਾਂ ਦੀਆਂ ਵੀਡੀਓ ਵੇਖਣ ਲਈ ਨਾਚ ਗਾਣਾ ਤਾਂ ਨਹੀਂ ਸਾਡੇ ਕੋਲ ਹੁੰਦਾ ਇੱਦਾਂ ਦੀਆਂ ਵੀਡੀਓ ਵੇਖਣ ਲਈ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਬੜੀ ਮਿਹਰਬਾਨੀ ਜੀ ਅੱਲਾ ਹਾਫਿਜ਼ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ